ਭਾਈ ਚੱਕਰਾਜ ਹੋਣਾ ਸੀ ਉੱਥੇ ਮੁਗਲਾਂ ਰੰਗੜਾਂ ਦਾ, ਜੇ ਨਾ ਪਟਨੇ ਆਉਂਦੇ, ਜੇ ਨਾ ਪਟਨੇ ਆਉਂਦੇ ਗੁਜ਼ਰੀ ਦੇ ਦੁਲਾਰੇ। ਦਿੱਲੀ ਵੱਲ ਤਿਆਰੇ ਛੜਦਾ ਦਾਦਾ ਪੁਰੀ ਅਨੰਦਪੁਰ ਨੰਦਾ ਦੀ, ਜੇ ਨਾ ਛੜਦਾ ਮਾਈਆ, ਜੇ ਨਾ ਛੜਦਾ ਦਾਦਾ ਪੁਰੀ ਅਨੰਦਪੁਰ ਨੰਦਾ ਦੀ, ਕਈ ਉੱਜੜ ਜਾਂਦੇ, ਕਈ ਉੱਜੜ ਜਾਂਦੇ ਵਸਦੇ ਤਖਦਾ ਦਾਰੇ।
ਢਾਡੀ ਪਾ ਨਾ ਸਕਦੇ, ਢਾਡੀ ਪਾ ਨਾ ਸਕਦੇ ਢੱਡਾਂ ਦੇ ਪਣਕਾਰੇ। ਪੰਛੀ ਪੌਰ ਵਿਚਾਰੇ ਅੱਜ ਤੱਕ ਕੈਦੀ ਰਹਿੰਦੇ, ਪੰਛੀ ਪੌਰ ਵਿਚਾਰੇ। ਗੁਰੂ ਦੀ ਜੇ ਲੋੜ ਹੋਵੇ, ਗੁਰੂ ਵੀ ਅਜਿਹਾ ਹੋਵੇ ਜੈਸੇ ਦਸ਼ਮੇਸ਼ ਮਾਤਾ ਗੁਜਰੀ ਦੇ ਲਾਲ ਜੀ। ਅੰਮ੍ਰਿਤ ਦਾ ਸੋਮਾ ਹੋਵੇ, ਤਪਦਿਆਂ ਨੂੰ ਠਾਰ ਦੇਵੇ, ਸੰਤਾਂ ਦਾ ਸਹਾਈ ਤੇ ਪਿਆਰਿਆਂ ਦੀ ਢਾਲ ਜੀ। ਸਾਰੀ ਰਾਤ ਪਹਿਰਾ ਦੇਵੇ, ਆਪ ਚੌਂਕੀਦਾਰ ਹੋ ਕੇ ਪਾਪ ਅੱਗ ਵਿੱਚੋਂ ਲਵੇ, ਸਿੱਖ ਨੂੰ ਨਿਕਾਲ ਜੀ। ਵਾਰ ਪਰਵਾਰ ਸਾਰਾ ਪੁੱਤਰ ਕਹਾਏ ਦੇਵੇ, ਸਿੱਖ ਕੌਮ ਉੱਤੋਂ ਕੁਰਬਾਨ ਵਾਰ ਵਾਰ ਜੀ। ਕਲਗੀ ਵਾਲਿਆ, ਦਿਲਾਂ ਦੇ ਮਿਹਰਮਾਂ ਜੀ, ਉਪਮਾ ਕਿਸ ਤਰ੍ਹਾਂ ਕਰਾਂ ਬਿਆਨ ਤੇਰੀ, ਇਸ ਕਲਮ ਨਿਮਾਣੀ ਨੇ ਕੀ ਲਿਖਣਾ ਦਰਦਾਂ ਭਰੀ। ਦਾਤਾ ਜੀ ਦਾਸ ਤਾਨ ਤੇਰੀ, ਰੱਖਿਆ ਸਦਾ ਮਜਲੂਮਾਂ ਦੀ, ਰਹੀ ਕਰਦੀ ਨੂਰੀ ਦਾਤਿਆ ਨੂਰੀ, ਕਿਰਪਾ ਤੇਰੀ। ਚਾਰੇ ਪੁੱਤਰ ਕੌਮ ਤੋਂ ਵਾਰ ਕੇ ਵੀ ਰਹੀ ਚੜ੍ਹਦੀਆਂ ਕਲਾ ਵਿੱਚ, ਸ਼ਾਨ ਤੇਰੀ, ਲੋਕੀ ਕੂੰਜ ਦੇ ਵਾਂਗ ਕੁਰਲਾ ਸਾਰੇ। ਕਲਗੀ ਵਾਲੇ ਨੂੰ ਐਵੇਂ ਨਹੀਂ ਯਾਦ ਕਰਦੇ, ਉਹਦੀ ਅਰਜ ਦੁਆਸੀ ਰੱਬ ਅੱਗੇ ਮੇਰੀ ਮਾਲਕਾ ਪੂਰੀ ਫਰਿਆਦ ਕਰਦੇ, ਮੇਰਾ ਪਿਤਾ ਲੈ ਲੈ, ਮੇਰੇ ਪੁੱਤ ਲੈ ਲੈ, ਮੇਰਾ ਵਸਦਾ ਘਰ ਬਰਬਾਦ ਕਰਦੇ, ਚੁਣ ਲੈ ਨੂੰਹਾਂ ਦੇ ਨਾਲ ਪਰਿਵਾਰ, ਮੇਰਾ ਐ ਪਰ ਖਾਲਸਾ ਪੰਥ ਆਜ਼ਾਦ ਕਰਦੇ। ਪਤਿਤ ਪਾਵਨ ਕਿਰਪਾ ਨਿਦਾਨ ਦੀਨ ਦੁਨੀ ਦੇ ਰਹਿਬਰ, ਸਰਬ ਕਲਿਆਣਕਾਰੀ ਵਾਲੀਏ ਕੁਲ ਆਲਮ, ਸ੍ਰਿਸ਼ਟੀ ਦੇ ਰਚਨਹਾਰ ਸ਼ਬਦ ਗੁਰੂ, ਸ਼ਬਦੇ ਪ੍ਰਕਾਸ਼ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ, ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਵਿੱਤਰ ਪਾਵਨ ਮੁਬਾਰਕ ਮੁਕੱਦਸ ਗੋਦ ਅੰਦਰ 34ਵਾਂ ਸਮਾਗਮ, ਜੋ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 550 ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੇ ਕਰਵਾਇਆ ਜਾ ਰਿਹਾ ਗੁਰਮੁਖ ਪੈਰੇ, ਉਸ ਦੇ ਵਿੱਚ ਤੁਸੀਂ ਹਾਜ਼ਰੀਆਂ ਭਰ ਰਹੇ ਹੋ, ਬੜੇ ਵੱਡੇ ਭਾਗਾਂ ਵਾਲੇ ਹੋ। ਮੇਰੇ ਪਾਵਨ ਗੁਰਦੇਵ ਨੇ ਆਪ ਸਾਤੇ ਸਾਡੇ ਉੱਤੇ ਰਹਿਮਤਾਂ ਕਰਕੇ ਆਪਣੇ ਚਰਨਾਂ ਵਿੱਚ ਬੈਠ ਕੇ ਗੁਰ ਇਤਿਹਾਸ ਗੁਰਮਤਿ ਵਿਚਾਰਾਂ ਸਰਵਣ ਕਰਨ ਦਾ ਸੁਭਾਗ ਸਮਾਂ ਬਖਸ਼ੀ ਹੈ। ਤਕਰੀਬਨ 20 ਮਿੰਟ ਦੀ ਹਾਜ਼ਰੀ ਭਰਨ ਦਾ ਹੁਕਮ ਹੋਇਆ ਅਤੇ ਤਕਰੀਬਨ ਜੇ ਮੈਂ ਗੱਲ ਕਹਾਂ 10 ਦਿਨਾਂ ਤੋਂ ਜਥਾ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੈ। ਇਸ ਸਮਾਗਮ ਦੀ ਬਾਬਤ ਨਗਰ ਨਗਰ ਪਿੰਡਾਂ ਪਿੰਡਾਂ ਵਿੱਚ ਜਾ ਕੇ ਸੰਗਤਾਂ ਦੇ ਚਰਨਾਂ ਦੇ ਵਿੱਚ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਮਿਲਿਆ ਅਤੇ ਸਾਡੇ ਘਰ ਦਾ ਹੀ ਸਮਾਗਮ ਗਿਣਿਆ ਜਾ ਸਕਦਾ। ਕੋਸ਼ਿਸ਼ ਕਰਾਂਗਾ ਆਪਣੇ ਸਮੇਂ ਵਿੱਚੋਂ ਵੀ 2-4 ਮਿੰਟ ਛੱਡ ਕੇ ਜਾਣ ਦਾ, ਕਿਉਂਕਿ ਜਿਹੜੇ ਜਥੇ ਵਿਦਵਾਨ ਉਚੇਚੇ ਤੌਰ 'ਤੇ ਇਸ ਸਮਾਗਮ ਦੇ ਵਿੱਚ ਆਪ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਸੱਦੇ ਗਏ ਨੇ, ਸਾਰੇ ਹੀ ਰਲ ਮਿਲ ਕੇ ਉਹਨਾਂ ਨੂੰ ਸਰਵਣ ਕਰ ਸਕੀਏ, ਉਹਨਾਂ ਦੀਆਂ ਵਿਚਾਰਾਂ ਨੂੰ ਸਰਵਣ ਕਰਕੇ ਆਪਣੇ ਜੀਵਨ ਦੇ ਵਿੱਚ ਧਾਰਨੀ ਹੋ ਕਰ ਸਕੀਏ। ਗੁਰਮੁਖ ਪਿਆਰਿਓ, ਆਓ ਸੀਸ ਨਵਾਓ ਗੁਰਚਰਨਾਂ ਦੇ ਵਿੱਚ, ਬੜੇ ਅਦਬ ਸਤਿਕਾਰ ਸਹਿਤ ਦੋਵੇਂ ਹੱਥ ਜੋੜੋ, ਅਦਬ ਸਤਿਕਾਰ ਸਹਿਤ ਗਰਜਵੀ ਆਵਾਜ਼ ਦੇ ਵਿੱਚ ਫਤਿਹ ਦਾ ਜਵਾਬ ਫਤਿਹ ਵਿੱਚ ਦਿਓ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੌਮ ਦੇ ਮਹਾਨ ਜਰਨੈਲ ਜਨਰਲ ਸ਼ਾਮ ਸਿੰਘ ਅਟਾਰੀ ਦੀ ਆਪ ਜੀ ਦੇ ਨਾਲ ਇੱਕੋ ਵਾਰ ਮੈਂ ਸਾਂਝੀ ਕਰਕੇ ਖਿਮਾ ਦਾ ਜਾਚਕ ਹੋ ਜਾਵਾਂਗਾ।
ਸਿੱਖ ਕੌਮ ਨੇ ਦੋ ਵਾਰ ਸੰਸਾਰ ਤੇ ਰਾਜ ਕੀਤਾ। ਇੱਕ ਵਾਰ ਜਦੋਂ ਬੰਦਾ ਸਿੰਘ ਬਹਾਦਰ ਨੇ ਸਰਹੰਦ ਫਤਿਹ ਕੀਤੀ ਹੈ ਉਦੋਂ ਸਿੱਖ ਰਾਜ ਦਾ ਝੰਡਾ ਕਾਇਮ ਕੀਤਾ। ਦੂਸਰੀ ਵਾਰ ਜਦੋਂ ਮਹਾਰਾਜਾ ਰਣਜੀਤ ਸਿੰਘ ਆਇਆ। ਮਹਾਰਾਜਾ ਰਣਜੀਤ ਸਿੰਘ ਅੱਜ ਆਖਰੀ ਪਲਾਂ ਤੇ ਹੈ। ਮਹਾਰਾਜਾ ਰਣਜੀਤ ਸਿੰਘ ਇਸ ਸੰਸਾਰ ਤੋਂ ਰੁਖਸਤ ਹੋਇਆ। ਮਹਾਰਾਜਾ ਰਣਜੀਤ ਸਿੰਘ ਦੇ ਸੰਸਾਰ ਤੋਂ ਰੁਖਸਤ ਹੋਣ ਤੋਂ ਬਾਅਦ ਉਹਦੇ ਵੱਡੇ ਪੁੱਤਰ ਖੜਕ ਸਿੰਘ ਨੂੰ ਡੋਗਰਿਆਂ ਨੇ ਅੰਗਰੇਜ਼ਾਂ ਦੇ ਨਾਲ ਰਲ ਕੇ ਮਾਰ ਦਿੱਤਾ ਹੈ। ਇਹ ਖੜਕ ਸਿੰਘ ਦਾ ਅੱਗੇ ਪੁੱਤਰ ਕੰਵਰ ਨੌ ਨਿਹਾਲ ਸਿੰਘ ਇਹਨੂੰ ਵੀ ਅੰਗਰੇਜ਼ਾਂ ਨੇ ਤੇ ਗੋਰਖਿਆਂ ਨੇ ਡੋਗਰਿਆਂ ਨੇ ਨਾਲ ਰਲ ਕੇ ਮਾਰ ਦਿੱਤਾ ਹੈ। ਇਹ ਕੰਵਰ ਨੌ ਨਿਹਾਲ ਸਿੰਘ ਦੀ ਪਤਨੀ ਜਿਹਦਾ ਨਾਂ ਨਾਨਕੀ ਹੈ ਇਹਨੂੰ ਵੀ ਮਾਰ ਦਿੱਤਾ ਗਿਆ ਹੈ। ਅਤੇ ਜਿਹੜਾ ਜਨਰਲ ਸ਼ਾਮ ਸਿੰਘ ਅਟਾਰੀ ਸੀ ਉਹਦੀ ਲੜਕੀ ਸੀ ਨਾਨਕੀ, ਜਿਹੜੀ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕੰਵਰ ਨੌ ਨਿਹਾਲ ਸਿੰਘ ਨਾਲ ਵਿਆਹੀ ਹੋਈ ਸੀ। ਅਤੇ ਜਦੋਂ ਇਹ ਤਿੰਨੋਂ ਜਾਣੇ ਮਾਰੇ ਜਾਂਦੇ ਹੈ ਤੇ ਜਨਰਲ ਸ਼ਾਮ ਸਿੰਘ ਅਟਾਰੀ ਅੱਜ ਇਸੇ ਹੀ ਦੁੱਖ ਦਾ ਮਾਰਿਆ ਹੋਇਆ ਆਪਣੇ ਘਰ ਵਿੱਚ ਵਾਪਸ ਚਲਾ ਜਾਂਦਾ। ਮਨ ਵਿੱਚ ਅਫਸੋਸ ਹੈ ਕਿ ਇਹ ਮਹਾਰਾਜਾ ਰਣਜੀਤ ਸਿੰਘ ਜਿੰਨੀ ਦੇਰ ਸੰਸਾਰ ਤੇ ਜਿਉਂਦਾ ਰਿਹਾ ਹੈ, ਇਹਨੇ ਸਿੱਖ ਰਾਜ ਦਾ ਝੰਡਾ ਬੁਲੰਦ ਕੀਤਾ ਹੈ, ਇਹਦੇ ਹੁੰਦਿਆਂ ਕਿਸੇ ਨੇ ਸਿੱਖ ਰਾਜ ਵੱਲ ਅੱਖ ਚੁੱਕ ਨਹੀਂ ਵੇਖਿਆ। ਅੱਜ ਮਹਾਰਾਜਾ ਰਣਜੀਤ ਸਿੰਘ ਸੰਸਾਰ ਤੋਂ ਰੁਖਸਤ ਹੋਇਆ, ਉਹਦੇ ਪਰਿਵਾਰ ਦੀ ਡੁੱਬਦੀ ਹੋਈ ਬੇੜੀ ਨੂੰ ਅਸੀਂ ਬਚਾ ਨਹੀਂ ਸਕੇ। ਮਨ ਵਿੱਚ ਇਹ ਖਿਆਲ ਲੈ ਕੇ ਜਨਰਲ ਸ਼ਾਮ ਸਿੰਘ ਅਟਾਰੀ ਘਰ ਵਿੱਚ ਜਾ ਕੇ ਬਹਿ ਗਏ ਹੈ। ਉੱਧਰ ਸਿੱਖ ਕੌਮ ਦੇ ਉੱਤੇ, ਸਿੱਖ ਰਾਜ ਦੇ ਉੱਤੇ ਫੇਰੂ ਸ਼ਹਿਰ ਦੇ ਉੱਤੇ ਹਮਲਾ ਹੋਇਆ ਹੈ। ਅੰਗਰੇਜ਼ੀ ਫੌਜਾਂ ਦੇ ਨਾਲ ਸਿੱਖਾਂ ਦੇ ਮੁਕਾਬਲੇ ਹੋਏ, ਸਿੱਖ ਹਾਰ ਗਏ ਨੇ। ਦੂਸਰਾ ਮੁਕਾਬਲਾ ਮੁਦਕੀ ਵਿੱਚ ਹੋਇਆ ਹੈ, ਉੱਥੇ ਵੀ ਡੋਗਰਿਆਂ ਨੇ ਕੀਤੀ ਗਦਾਰੀ, ਸਿੱਖ ਹਾਰ ਗਏ। ਮਹਾਰਾਣੀ ਜਿੰਦ ਕੌਰ ਕੋਲ ਲਾਹੌਰ ਇੱਕ ਪੱਤਰਿਕਾ ਪਹੁੰਚੀ ਹੈ ਕਿ ਮਹਾਰਾਣੀ ਜੀ ਅਸੀਂ ਮੁਦਕੀ ਦੀ ਜੰਗ ਵੀ ਹਾਰ ਗਏ, ਅਸੀਂ ਫੇਰੂ ਦੀ ਜੰਗ ਵੀ ਹਾਰ ਗਏ। ਉਹਦਾ ਕਾਰਨ ਕੀ ਸੀ ਕਿ ਜਿਹੜੇ ਡੋਗਰੇ ਤੁਹਾਡੇ ਮੁੱਖ ਸੈਨਾਪਤੀ ਸਨ ਇਹਨਾਂ ਨੇ ਸਾਡੇ ਨਾਲ ਗਦਾਰੀ ਕਰ ਦਿੱਤੀ ਹੈ। ਮਹਾਰਾਣੀ ਜਿੰਦ ਕੌਰ ਅੱਜ ਸੋਚਦੀ ਹੈ ਕਿ ਕਿਸ ਤਰੀਕੇ ਨਾਲ ਇਹ ਗੁਰੂ ਦੀ ਜਿਹੜੀ ਬਖਸ਼ ਸਦਕਾ ਸਿੱਖ ਰਾਜ ਕਾਇਮ ਕੀਤਾ ਸੀ, ਅੱਜ ਇਸ ਸਿੱਖ ਰਾਜ ਦੀ ਡੁੱਬਦੀ ਹੋਈ ਬੇੜੀ ਨੂੰ ਕਿਵੇਂ ਬਚਾਇਆ ਜਾ ਸਕੇ। ਮਨ ਵਿੱਚ ਖਿਆਲ ਲਿਆਉਂਦੀ ਹੈ ਕਿ ਕਿਹਦੇ ਕੋਲ ਜਾ ਕੇ ਮੈਂ ਅੱਜ ਵੰਗਾਰਾਂ, ਕਿਹਨੂੰ ਜਾ ਕੇ ਇਸ ਰਣ ਮੈਦਾਨ ਵਿੱਚ ਭੇਜਾਂ ਕਿ ਜੋ ਸਭਰਾਵਾਂ ਦੇ ਮੈਦਾਨ ਦੇ ਵਿੱਚ ਅੱਜ ਬ੍ਰਿਟਿਸ਼ ਫੌਜ, ਸਿੱਖ ਫੌਜ ਆਹਮੋ ਸਾਹਮਣੇ ਖੜੀ ਹੈ, ਇਹ ਬ੍ਰਿਟਿਸ਼ ਫੌਜ ਦੇ ਨਾਲ ਜਾ ਕੇ ਮੁਕਾਬਲਾ ਕਰਕੇ ਸਿੱਖ ਫੌਜ ਦੀ ਡੁੱਬਦੀ ਹੋਈ ਬੇੜੀ ਨੂੰ ਰੋਕ ਸਕੇ। ਮਹਾਰਾਣੀ ਜਿੰਦ ਕੌਰ ਸੋਚਦੀ ਅੱਜ ਆਪਣੇ ਮਹਿਲਾਂ ਦੀ ਛੱਤ ਉੱਤੇ ਚੜੀ ਹੈ, ਤੱਕਦੀ ਆ ਉੱਧਰ ਨੂੰ ਜਿੱਧਰ ਮਹਾਰਾਜਾ ਰਣਜੀਤ ਸਿੰਘ ਦਾ ਸੰਸਕਾਰ ਕੀਤਾ ਹੈ, ਉਹਦੀ ਚਿਖਾ ਵੱਲ ਤੱਕ ਕੇ ਮਹਾਰਾਣੀ ਜਿੰਦ ਕੌਰ ਦੋ ਗੱਲਾਂ ਕਰਦੀ ਹੈ। ਸੋਚਾਂ ਸੋਚਦੀ ਬੈਠ ਕੇ ਇੰਜ ਰਾਣੀ, ਤੇਰਾ ਜੀ ਖੁਸਦਾ ਕਿਵੇਂ ਬਚਾ ਲਵਾਂ ਮੈਂ, ਸਿੱਖ ਰਾਜ ਦਾ ਚੱਲਿਆ ਬੁੱਝ ਦੀਵਾ ਤੇ ਖੂਨ ਜਿਗਰ ਦਾ ਪਾ ਕੇ ਜਗਾ ਲਵਾ ਮੈਂ ਜੀ। ਹੋ ਅੱਠ ਮੜੀ ਚੋਂ ਜਾਗ ਕੇ ਦਸ ਸ਼ੇਰਾ ਤੇ ਵਾਜ ਮਾਰ ਕੇ ਕਿਹਨੂੰ ਬੁਲਾ ਲਵਾ ਮੈਂ, ਤੇਰੇ ਬਿਨਾ ਨਾ ਕੋਈ ਦਰਦੀ ਨਜ਼ਰ ਆਵੇ ਤੇ ਦਰਦ ਦਿਲ ਦਾ ਕਿਹਨੂੰ ਸੁਣਾ ਲਵਾ ਮੈਂ। ਮਹਾਰਾਣੀ ਜਿੰਦ ਕੌਰ ਦੇ ਹੁਣ ਸੋਚਦਿਆਂ ਸੋਚਦਿਆਂ ਖਿਆਲ ਆਇਆ ਹੈ ਜਨਰਲ ਸ਼ਾਮ ਸਿੰਘ ਅਟਾਰੀ ਦੇ ਵੱਲ ਕਿ ਉਹਨੂੰ ਕਿਉਂ ਨਾ ਹੋਵੇ ਯਾਦ ਕਰਕੇ ਰਣ ਮੈਦਾਨ ਵਿੱਚ ਭੇਜਿਆ ਜਾਵੇ। ਮਹਾਰਾਣੀ ਜਿੰਦ ਕੌਰ ਨੇ ਫੜਿਆ ਕੋਰਾ ਕਾਗਜ਼, ਕਲਮ ਚੁੱਕੀ ਹੈ, ਕੋਰੇ ਕਾਗਜ਼ ਦੀ ਛਾਤੀ ਦੇ ਉੱਤੇ ਲਿਖ ਕੇ ਚੰਦਕ ਲਾਈਨਾਂ ਅਟਾਰੀ ਦੀ ਧਰਤੀ ਵੱਲ ਭੇਜੀਆਂ। ਮਹਾਰਾਣੀ ਜਿੰਦ ਕੌਰ ਦੀ ਫੜ ਕੇ ਪੱਤਰਿਕਾ ਪੜ੍ਹਦਿਆਂ ਸਾਰ ਅੱਜ ਜਨਰਲ ਸ਼ਾਮ ਸਿੰਘ ਅਟਾਰੀ ਵਾਪਸ 10 ਘੋੜ ਸਵਾਰਾਂ ਨੂੰ ਲਾਹੌਰ ਵੱਲ ਭੇਜਦਾ ਹੈ ਕਿ ਮਹਾਰਾਣੀ ਜੀ ਜਿੰਨੀ ਦੇਰ ਮੇਰੇ ਸਰੀਰ ਦੇ ਵਿੱਚ ਸਾਹ ਚੱਲ
ਚੱਲਦੇ ਹੈ। ਉਨੀ ਦੇਰ ਮੈਂ ਸਿੱਖ ਰਾਜ ਵਾਸਤੇ ਲੜ ਕੇ ਮਰਨ ਮਿਟਣ ਵਾਸਤੇ ਤਿਆਰ ਹਾਂ। ਜਦੋਂ ਮੇਰੇ ਸਰੀਰ ਦੇ ਵਿੱਚੋਂ ਸਾਹ ਮੁੱਕ ਗਏ, ਉਸ ਤੋਂ ਬਾਅਦ ਮੈਂ ਕੁਛ ਨਹੀਂ ਕਰ ਸਕਾਂਗਾ, ਪਰ ਜਿੰਨੀ ਦੇਰ ਜਿਉਂਦਾ ਉਨੀ ਦੇਰ ਮੈਂ ਸਿੱਖ ਕੌਮ ਲਈ ਲੜ ਕੇ ਮਰਨ ਮਿਟਣ ਵਾਸਤੇ ਤਿਆਰ ਹਾਂ। ਹੁਣ ਮਹਾਰਾਣੀ ਜਿੰਦ ਕੌਰ ਕੋਲ ਵਾਪਸ ਪੱਤਰਿਕਾ ਪਹੁੰਚੀ ਹੈ। ਉੱਧਰ ਜਨਰਲ ਸ਼ਾਮ ਸਿੰਘ ਅਟਾਰੀ ਨੇ, ਜਿਹੜੇ ਇਹਦੇ ਨਾਲ ਦੇ ਜਰਨੈਲ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਵਿੱਚੋਂ ਵਾਪਸ ਆਪਣੇ ਘਰਾਂ ਵਿੱਚ ਆ ਗਏ ਸਨ, ਇਹਨੇ ਉਹਨਾਂ ਨੂੰ ਪੱਤਰਿਕਾਵਾਂ ਲਿਖੀਆਂ, ਚਿੱਠੀਆਂ ਲਿਖੀਆਂ, ਵਾਪਸ ਸਾਰਿਆਂ ਨੂੰ ਸੱਦਿਆ। ਅੱਜ ਸਾਰੇ ਅਟਾਰੀ ਦੀ ਧਰਤੀ 'ਤੇ ਇਕੱਠੇ ਹੋਏ। ਜਨਰਲ ਸ਼ਾਮ ਸਿੰਘ ਅਟਾਰੀ ਨੇ ਇਹਨਾਂ ਨੂੰ ਤਕਰੀਰ ਕੀਤੀ ਹੈ ਰਣ ਮੈਦਾਨ ਵਿੱਚ ਜਾ ਕੇ ਇਹ ਵੈਰੀਆਂ ਦੇ ਨਾਲ ਲੜਨ ਦੀ, ਕਿ ਵੈਰੀਆਂ ਦੇ ਕੋਲੋਂ ਅਸੀਂ ਸਿੱਖ ਰਾਜ ਦੀ ਡੁੱਬਦੀ ਹੋਈ ਬੇੜੀ ਨੂੰ ਬਚਾਉਣਾ, ਇਹਨਾਂ ਦੇ ਨਾਲ ਲੜਨਾ ਹੈ। ਲੜ ਕੇ ਮਰ ਮਿਟਾਂਗੇ, ਪਰ ਸਿੱਖ ਕੌਮ ਵੱਲ, ਸਿੱਖ ਰਾਜ ਵੱਲ ਕੋਈ ਅੱਖ ਚੁੱਕ ਕੇ ਵੇਖੇ ਇਹ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਜਨਰਲ ਸ਼ਾਮ ਸਿੰਘ ਅਟਾਰੀ ਨੇ ਕਰਕੇ ਆਪਣੇ ਨਾਲ ਦੇ ਸਾਥੀਆਂ ਨਾਲ ਸਲਾਹ, ਅੱਜ ਜੰਗ ਦੇ ਮੈਦਾਨ ਵਿੱਚ ਜਾਣ ਵਾਸਤੇ ਅੰਤਿਮ ਇਸ਼ਨਾਨ ਕੀਤਾ ਹੈ। ਗੁਰਮੁਖ ਪਿਆਰੇ, ਸੰਸਾਰ ਦੇ ਵਿੱਚ ਜੇ ਤੱਕੀਏ ਦੋ ਵਾਰ ਇਸ਼ਨਾਨ ਅਸੀਂ ਮੁੱਖ ਮੰਨਦੇ ਹਾਂ। ਇੱਕ ਜਦੋਂ ਕਿਸੇ ਦਾ ਆਨੰਦ ਕਾਰਜ ਹੁੰਦਾ ਹੈ, ਉਹਨੂੰ ਵਿਆਹ ਉਦੋਂ ਇਸ਼ਨਾਨ ਕਰਵਾਇਆ ਜਾਂਦਾ, ਉਹਨੂੰ ਨਹਾਇਆ ਜਾਂਦਾ, ਉਸ ਨੂੰ ਮੁੱਖ ਮੰਨਿਆ ਜਾਂਦਾ। ਦੂਸਰਾ ਜਦੋਂ ਲਾਸ਼ਟ ਦੇ ਵਿੱਚ ਜਾ ਕੇ ਮੁਰਦੇ ਸਰੀਰ ਨੂੰ ਚਾਰ ਜਣੇ ਇਸ਼ਨਾਨ ਕਰਵਾਉਂਦੇ ਆ, ਦੋ ਸਰੀਰ ਵੀ ਮੰਨੇ ਜਾਂਦੇ ਨੇ ਇਸ਼ਨਾਨ। ਪਰ ਜਨਰਲ ਸ਼ਾਮ ਸਿੰਘ ਅਟਾਰੀ ਅੱਜ ਰਣ ਮੈਦਾਨ ਵਿੱਚ ਜਾਣ ਵਾਸਤੇ ਜੰਗੀ ਇਸ਼ਨਾਨ ਆਪ ਕਰਦਾ ਹੈ, ਕਰਕੇ ਇਸ਼ਨਾਨ ਜਨਰਲ ਸ਼ਾਮ ਸਿੰਘ ਅਟਾਰੀ ਹੋ ਕੇ ਘੋੜੇ 'ਤੇ ਸਵਾਰ ਲੈ ਕੇ ਆਪਣੇ ਨਾਲ ਦੇ ਸਾਥੀਆਂ ਨੂੰ ਸਭਰਾਵਾਂ ਦੇ ਮੈਦਾਨ ਵੱਲ ਚੱਲੇ, ਅਤੇ ਇਹਦੀ ਜਿਹੜੀ ਸਰਦਾਰਨੀ ਸੀ ਦੇਸਾਂ ਉਹ ਅੱਜ ਚਬਾਰੇ ਤੋਂ ਥੱਲੇ ਆਈ ਹੈ, ਆ ਕੇ ਜਨਰਲ ਸ਼ਾਮ ਸਿੰਘ ਅਟਾਰੀ ਦੀ ਲੱਤ ਤੋਂ ਫੜ ਲਿਆ। ਕਹਿਣ ਲੱਗੀ, ਜਨਰਲ ਸ਼ਾਮ ਸਿੰਘ ਜੀ, ਤੁਸੀਂ ਰਣ ਮੈਦਾਨ ਵਿੱਚ ਚੱਲੇ ਹੋ, ਪਰ ਜਦੋਂ ਆਉਣ ਵਾਲੀਆਂ ਪੀੜ੍ਹੀਆਂ, ਆਉਣ ਵਾਲੇ ਸਾਡੇ ਬੱਚੇ ਪੁੱਛਣਗੇ ਤੁਹਾਡੇ ਬਾਰੇ, ਅਸੀਂ ਕੀ ਦੱਸਾਂਗੇ? ਅਤੇ ਜਨਰਲ ਸ਼ਾਮ ਸਿੰਘ ਅਟਾਰੀ ਨੇ ਅੱਜ ਕੱਢ ਕੇ ਕਿਰਪਾਨ ਮਿਆਨ ਦੇ ਵਿੱਚੋਂ ਮਿਆਨ ਸਰਦਾਰਨੀ ਦੇਸਾਂ ਦੇ ਹੱਥ ਵਿੱਚ ਰੱਖ ਦਿੱਤਾ। ਕਹਿਣ ਲੱਗਾ, ਦੇਸਾਂ, ਇਹ ਤੇਰੇ ਕੋਲ ਇੱਕ ਮੇਰੀ ਐਸੀ ਨਿਸ਼ਾਨੀ ਹੈ, ਇਹਨੂੰ ਸਾਹਮਣੇ ਕੰਧ ਦੇ ਉੱਤੇ ਟੰਗ ਰੱਖੀ, ਜੇਕਰ ਸਭਰਾਵਾਂ ਦੇ ਮੈਦਾਨ ਦੇ ਵਿੱਚੋਂ ਮੈਂ ਜਿੱਤ ਕੇ ਵਾਪਸ ਆ ਗਿਆ, ਇਹਦੇ ਵਿੱਚ ਸ਼ਮਸ਼ੀਰ ਪਾ ਦੇਵਾਂਗਾ, ਨਹੀਂ ਤਾਂ ਆਉਣ ਵਾਲੀਆਂ ਕੁਲਾਂ ਨੂੰ ਇਹ ਗੱਲ ਦੱਸਦੀ ਕਿ ਤੁਹਾਡੇ ਵੱਡੇ ਵਡੇਰੇ ਦਾਦੇ ਪੜਦਾਦੇ ਨੇ ਸਿੱਖ ਕੌਮ ਵਾਸਤੇ ਸ਼ਹਾਦਤ ਦਾ ਜਾਮ ਪੀਤਾ ਸੀ। ਜਨਰਲ ਸ਼ਾਮ ਸਿੰਘ ਅਟਾਰੀ ਲੈ ਕੇ ਆਪਣੇ ਨਾਲ ਦੀਆਂ ਫੌਜਾਂ ਨੂੰ ਪਹੁੰਚ ਗਿਆ ਸਭਰਾਵਾਂ ਦੇ ਮੈਦਾਨ ਦੇ ਵਿੱਚ। ਅੱਜ ਸਭਰਾਵਾਂ ਦਾ ਮੈਦਾਨ ਵਿਚਕਾਰ ਸਤਲੁਜ ਦਰਿਆ ਹੈ, ਇੱਕ ਪਾਸੇ ਬ੍ਰਿਟਿਸ਼ ਫੌਜਾਂ ਨੇ, ਦੂਸਰੇ ਪਾਸੇ ਸਿੱਖ ਫੌਜ ਹੈ। ਤੇਜਾ ਸਿੰਘ, ਲਾਲ ਸਿੰਘ ਸਿੱਖ ਫੌਜ ਦੀ ਕਰਦੇ ਨੇ ਗਦਾਰੀ, ਅਤੇ ਜਿਹੜਾ ਤੇਜਾ ਸਿੰਘ ਹੈ, ਤੇਜਾ ਸਿੰਘ ਕੋਲ ਅਸਲੇ ਦੀ ਜ਼ਿੰਮੇਵਾਰੀ ਸੀ, ਅਤੇ ਲਾਲ ਸਿੰਘ ਜਿਹੜਾ ਇਹ ਮੁੱਖ ਸੈਨਾ ਦਾ ਸੈਨਾਪਤੀ ਸੀ, ਮੁੱਖ ਸੈਨਾਪਤੀ ਦੀ ਭੂਮਿਕਾ ਇਹ ਨਿਭਾਉਂਦਾ ਸੀ। ਪਰ ਅੰਦਰ ਖਾਤੇ ਦੋਨੋਂ ਅੰਗਰੇਜ਼ੀ ਫੌਜ ਦੇ ਨਾਲ ਜਾ ਕੇ ਮਿਲ ਚੁੱਕੇ ਸਨ, ਉਹਨਾਂ ਨੇ ਫੌਜਾਂ ਦੇ ਨਾਲ ਰਲ ਕੇ ਇਹ ਵਿਉਂਤਬੰਦੀ ਬਣਾ ਲਈ ਸੀ ਕਿ ਸਿੱਖ ਕੌਮ ਨੂੰ ਕਿਸ ਤਰੀਕੇ ਨਾਲ ਹਰਾਉਣਾ ਹੈ। ਜਦੋਂ ਇਸ ਧਰਤੀ 'ਤੇ ਪਹੁੰਚਿਆ ਜਨਰਲ ਸ਼ਾਮ ਸਿੰਘ ਅਟਾਰੀ, ਇਹਨਾਂ ਦੇ ਚਿਹਰੇ ਦੇ ਰੰਗ ਫਿੱਕੇ ਪੈ ਗਏ ਕਿ ਹੁਣ ਜਨਰਲ ਸ਼ਾਮ ਸਿੰਘ ਅਟਾਰੀ ਇੱਥੇ ਪਹੁੰਚ ਗਿਆ, ਸਾਡਾ ਹੁਣ ਵੱਸ ਨਹੀਂ ਚੱਲੇਗਾ। ਹੁਣ ਕੀਤਾ ਕੀ ਹੈ, ਤੇਜਾ ਸਿੰਘ ਨੇ ਜਿਹੜੀਆਂ ਪੇਟੀਆਂ ਦੇ ਵਿੱਚ ਭਰ ਕੇ ਬਰੂਦ ਭੇਜਣਾ ਸੀ, ਉਹਦੇ ਵਿੱਚ ਇਹਨੇ ਸਰੋਂ ਭਰ ਕੇ ਭੇਜ ਦਿੱਤੀ, ਅਤੇ ਲਾਲ ਸਿੰਘ ਨੇ ਵੀ ਵਿਉਂਤਬੰਦੀ ਬਣਾ ਲਈ ਹੈ ਕਿ ਮੈਂ ਇੱਥੋਂ ਭੱਜਣਾ ਕਿੱਦਾਂ, ਆਪਣੇ ਨਾਲ ਦੇ ਡੋਗਰਿਆਂ ਸਾਥੀਆਂ ਨੂੰ ਲੈ ਕੇ, ਨਾਲ ਦੇ ਆਪਣੇ ਸਾਥੀਆਂ ਨੂੰ ਕਰਕੇ ਤਿਆਰ। ਅੱਜ ਇਹ ਵੀ ਇੱਥੋਂ ਤੁਰਿਆ, ਇਹਨੇ ਤੁਰਦਿਆਂ ਹੋਇਆ ਇਹ ਸਤਲੁਜ ਦਰਿਆ ਦੇ ਉੱਤੇ ਬਣਿਆ ਹੋਇਆ ਪੁਲ ਤੋੜ ਦਿੱਤਾ, ਪਤੋੜ ਕੇ ਬੋਲਾ ਲੈ ਕੇ ਆਪਣੇ ਡੋਗਰੇ ਸਾਥੀਆਂ ਨੂੰ ਨਾਲ ਇਹ ਲਾਲ ਸਿੰਘ ਵੀ ਨਿਕਲ ਗਿਆ। ਲੜਾਈ ਸ਼ੁਰੂ ਹੋਈ, ਆਹਮੋ ਸਾਹਮਣੇ ਗੋਲੇ ਚੱਲਣੇ ਸ਼ੁਰੂ ਹੋ ਗਏ, ਤੋਪਾਂ ਦੇ ਫੈਰ ਖੁੱਲੇ ਗਏ, ਤੜ 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 ਆਉਂਦੀ ਆ ਆਵਾਜ਼, ਤੋਪ ਜੀ ਆਏ ਜਨਰਲ ਸ਼ਾਮ ਸਿੰਘ ਅਟਾਰੀ ਦੇ ਕੋਲ, ਜਥੇਦਾਰ ਜੀ ਸਾਡੇ ਕੋਲ ਜਿਹੜਾ ਬਰੂਦ ਸੀ ਉਹ ਮੁੱਕ ਗਿਆ।
ਜਿੱਥੇ ਅਸਲਾ ਭਰ ਕੇ ਭੇਜਣਾ ਸੀ ਤੇਜਾ ਸਿੰਘ ਨੇ, ਉੱਥੇ ਸਰਸੋਂ ਸਰੋਂ ਨਿਕਲੀ ਹੈ। ਜਨਰਲ ਸਾਹਿਬ ਅਸੀਂ ਇਸ ਤੋਂ ਅੱਗੇ ਹੁਣ ਲੜ ਨਹੀਂ ਸਕਦੇ। ਉਸ ਵੇਲੇ ਜਨਰਲ ਸ਼ਾਮ ਸਿੰਘ ਅਟਾਰੀ ਨੇ ਵੇਖਿਆ ਹੁਣ ਰਣ ਮੈਦਾਨ ਵਿੱਚ ਮੈਨੂੰ ਆਪ ਜਾਣਾ ਪਵੇਗਾ। ਅਕਾਲ ਪੁਰਖ ਵਾਹਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਵੇਂ ਗੁਰਦੇਵ ਦੀ ਬਖਸ਼ੀ ਹੋਈ ਸ਼ਮਸ਼ੀਰ ਲੈ ਕੇ ਮੈਂ ਰਣ ਮੈਦਾਨ ਵਿੱਚ ਜਾ ਕੇ ਹੁਣ ਆਪ ਮੁਕਾਬਲਾ ਕਰਾਂਗਾ। ਜਨਰਲ ਸ਼ਾਮ ਸਿੰਘ ਅਟਾਰੀ ਨੇ ਪਾਇਆ ਗਲ ਦੇ ਵਿੱਚ ਪੱਲਾ, ਕੀਤਾ ਅਰਦਾਸਾ ਧੰਨ ਗੁਰੂ ਦਸ਼ਮੇਸ਼ ਪਿਤਾ ਦੇ ਚਰਨਾਂ ਦੇ ਵਿੱਚ, ਹੁਣ ਕਰਕੇ ਸ਼ੁਰ ਕਰਕੇ ਕੱਢ ਕੇ ਕਿਰਪਾਨ ਲਹਿਰਾਉਂਦਾ ਹੋਇਆ ਕਿਰਪਾਨ ਨੂੰ ਲੈ ਕੇ ਆਪਣੇ ਸਾਥੀਆਂ ਨੂੰ ਲਾੜ ਗੱਪ ਦੀਆਂ ਚਾਰ ਪੰਡਤਾਂ ਨੇ ਹਮਲਾ ਹੈ।
ਕੇ ਉਹ ਲਿਆ ਹੋ ਮੇਰੀ ਦਾਦ ਓਏ ਲੈ ਕੇ ਯੋਧਿਆਂ ਨੂੰ ਚੜ ਪਿਆ ਸੂਰਮਾ ਸਰਦਕਾਰ ਵਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਜਨਰਲ ਸ਼ਾਮ ਸਿੰਘ ਅਟਾਰੀ ਸਿੱਖ ਕੌਮ ਦੇ ਲਈ ਲੜਦਾ ਹੋਇਆ ਆਪਣੇ ਸਰੀਰ ਦੇ ਉੱਤੇ 18 ਫੱਟ ਆਪਣੀ ਛਾਤੀ ਦੇ ਵਿੱਚ 7 ਗੋਲੀਆਂ ਖਾਂਦਾ ਹੋਇਆ ਸ਼ਹਾਦਤ ਦਾ ਜਾਮ ਪੀ ਗਿਆ। ਉਸ ਮਹਾਨ ਸੂਰਬੀਰ ਯੋਧੇ ਦੀ ਆਪ ਜੀ ਦੇ ਨਾਲ ਵਾਰ ਸਾਂਝੀ ਕਰਨ ਦਾ ਯਤਨ ਕੀਤਾ, ਸੰਖੇਪ ਦੇ ਵਿੱਚ ਇਤਿਹਾਸ ਆਪ ਜੀ ਨਾਲ ਸਾਂਝਾ ਕੀਤਾ, ਬਹੁਤ ਭੁੱਲਾਂ ਹੋ ਗਈਆਂ ਹੋਣਗੀਆਂ। ਗੁਰੂ ਕੀ ਸੰਗਤ, ਗੁਰੂ ਪਾਤਸ਼ਾਹ ਬਖਸ਼ਣ ਯੋਗ ਹਨ, ਬਖਸ਼ ਲੈਣਾ। ਬਹੁਤ ਬਹੁਤ ਧੰਨਵਾਦੀ ਹਾਂ ਸਮੁੱਚੇ ਨਗਰ ਦਾ, ਸਮੁੱਚੇ ਇਲਾਕੇ ਦਾ। ਤਕਰੀਬਨ 10 ਦਿਨਾਂ ਤੋਂ ਇਸ ਇਲਾਕੇ ਵਿੱਚ ਵਿਚਰਨ ਦਾ ਸੁਭਾਗ ਮਿਲਿਆ ਅਤੇ ਸਾਰੇ ਇਲਾਕੇ ਨੇ ਜਿਹੜੇ ਵੀ ਪਿੰਡਾਂ ਵਿੱਚ ਗਏ ਆ ਬੜਾ ਪਿਆਰ ਬਖਸ਼ਿਆ ਗਿਆ। ਉੱਥੋਂ ਦੇ ਪਤਵੰਤੇ ਜਿਨ੍ਹਾਂ ਨੇ ਆਪਣੇ ਘਰਾਂ ਵਿੱਚ ਖੜ ਕੇ ਲੰਗਰ ਵੀ ਛਕਾਏ, ਹੋਰ ਵੀ ਬੜਾ ਮਾਣ ਸਤਿਕਾਰ ਕੀਤਾ, ਮੈਂ ਸਾਰਿਆਂ ਦਾ ਤਹਿ ਦਿਲੋਂ ਇਸ ਸਟੇਜ ਤੋਂ ਹੁੰਦਾ ਹੋਇਆ ਧੰਨਵਾਦੀ ਹੁੰਦਾ ਹੋਇਆ ਖਿਮਾ ਦਾ ਜਾ ਚੁੱਕਾਂ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਸ਼ੁਮਿੰਦਰ ਸਿੰਘ ਜੀ ਦਾ, ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਦਾ, ਜਿਨ੍ਹਾਂ ਦੀ ਬਦੌਲਤ ਆਪ ਸੰਗਤਾਂ ਦੇ ਦਰਸ਼ਨ ਦੀਦਾਰ ਹੋਏ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕੋਟਾਨਕੋਟ ਧੰਨਵਾਦ, ਜਿਨ੍ਹਾਂ ਨੇ ਬਲ ਬੁੱਧੀ ਸਮਰੱਥਾ ਬਖਸ਼ ਕੇ ਆਪ ਸੰਗਤਾਂ ਦੇ ਜੋੜੇ ਝਾੜਨ ਯੋਗ ਬਣਾਇਆ ਹੈ। ਸਮੁੱਚੀਆਂ ਸੰਗਤਾਂ ਦਾ ਧੰਨਵਾਦੀ ਹੁੰਦਾ ਹੋਇਆ ਝੋਲੀ ਅੱਡ ਕੇ ਆਪਣੀਆਂ ਭੁੱਲਾਂ ਦੀ ਮੁਆਫ਼ੀ ਮੰਗਦਾ ਹੋਇਆ ਖਿਮਾ ਦਾ ਜਾ ਚੁੱਕਾ ਹਾਂ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।